ਪੰਜਾਬ ਦੀ ਕਾਂਗਰਸ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਬੋਲਦਿਆਂ ਸਨੌਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਵਾਅਦੇ ਤਾਂ ਪੂਰੇ ਕੀ ਕਰਨੇ ਸਨ, ਸਗੋਂ ਪਿਛਲੀ ਸਰਕਾਰ ਵੱਲੋਂ ਸ਼ੁਰੂ ਕਰਵਾਏ ਗਏ ਕੰਮ ਵੀ ਬੰਦ ਕਰਵਾ ਦਿੱਤੇ ਹਨ। ਸਰਕਾਰ ਨੇ 23,000 ਕਰੋੜ ਰੁਪਇਆ ਬਿਜਲੀ ਦੇ ਬਿੱਲਾਂ ਦਾ ਲੋਕਾਂ ਦੀਆਂ ਜੇਬਾਂ 'ਚੋਂ ਕੱਢਿਆ ਹੈ। ਦੇਖੋ, ਸਰਕਾਰ ਨੇ ਵਾਅਦੇ ਆਪਣੇ ਤਾਂ ਪੂਰੇ ਕੀ ਕਰਨੇ ਸੀ, ਜਿਹੜੀਆਂ ਪਿਛਲੀ ਸਰਕਾਰ ਦੀਆਂ ਸਹੂਲਤਾਂ ਸੀ ਉਹ ਵੀ ਬੰਦ ਕੀਤੀਆਂ ਜਾ ਰਹੀਆਂ। ਆਟੇ ਦਾਲ ਵਰਗੀਆਂ ਸਕੀਮਾਂ, ਇਹਨਾਂ 'ਤੇ ਵੱਡਾ ਕਾਟਾ ਲਾਇਆ ਜਾ ਰਿਹਾ। ਪੈਨਸ਼ਨਾਂ ਨਹੀਂ ਮਿਲ ਰਹੀਆਂ ਹੈਗੀਆਂ ਗਰੀਬ ਲੋਕਾਂ ਨੂੰ, ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਬੰਦ ਕਰਤੀਆਂ, 23,000 ਕਰੋੜ ਰੁਪਇਆ ਬਿਜਲੀ ਦੇ ਬਿੱਲਾਂ ਦਾ ਕੱਢ ਲਿਆ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ। ਅਤੇ ਜਦੋਂ ਦੇਣ ਦੀ ਗੱਲ ਆਉਂਦੀ ਆ ਤਾਂ ਸਾਰੇ ਵਾਅਦਿਆਂ ਦੇ ਉੱਤੇ ਸਰਕਾਰ ਇੱਕੋ ਗੱਲ ਕਹਿ ਕੇ ਗੱਲ ਮੁਕਾ ਦਿੰਦੀ ਹੈ ਵੀ ਖਜ਼ਾਨਾ ਖਾਲੀ ਆ। ਹੁਣ ਦੇਖੋ, ਘਰ ਘਰ ਰੋਜ਼ਗਾਰ, ਟੀਚਰ ਧਰਨੇ 'ਤੇ ਬੈਠੇ ਨੇ, ਸਕੂਲ ਖਾਲੀ ਪਏ ਨੇ, ਕਿਉਂ ਨਹੀਂ ਦੇ ਰਹੇ ਹੈਗੇ ਰੋਜ਼ਗਾਰ ਉਹਨਾਂ ਨੂੰ? ਇਹ ਕਿਸੇ ਨੌਜਵਾਨ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ, ਬਲਕਿ ਕਿਤੇ ਸੇਵਾ ਕੇਂਦਰ ਬੰਦ ਕਰੇ ਜਾ ਰਹੇ ਨੇ, ਕਿਤੇ ਸਕੂਲਾਂ ਨੂੰ ਬੰਦ ਕਰਨ ਦੀ ਨੌਬਤ ਆ ਰਹੀ ਆ। ਸੋ ਰੁਜ਼ਗਾਰ ਖੋਇਆ ਜਾ ਰਿਹਾ। ਉਹਦੇ ਨਾਲ ਹੀ ਕਰਜ਼ਾ ਮਾਫ਼ੀ ਦੀ ਸਕੀਮ ਦੇ ਅਧੀਨ ਸਰਕਾਰ ਨੇ ਮਾਫ਼ ਤਾਂ 4,700 ਕਰੋੜ ਦਾ ਦਾਅਵਾ ਕਰਦੀ ਆ, ਪਰ 10,000 ਕਰੋੜ ਰੁਪਏ ਦੇ ਜੁਰਮਾਨੇ ਜਿਹੜੇ ਨੇ ਪੰਜਾਬ ਦੇ ਲੋਕਾਂ ਨੂੰ ਪੈ ਗਏ। 23,000 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਕੱਟ ਅਤੇ ਕਰਜ਼ਾ ਹੀ ਕਰਤੇ ਆ, ਬਲਕਿ ਹੋਰ ਉਲਟਾ ਕਿਸਾਨ, ਬਲਕਿ ਜਿਨ੍ਹਾਂ ਨੇ ਇਹਨਾਂ ਦੇ ਕਹਿਣ 'ਤੇ ਕਰਜ਼ੇ ਮੋੜੇ ਨਹੀਂ ਹੈਗੇ, ਇਹਨਾਂ 'ਤੇ ਭਰੋਸਾ ਕਰਕੇ ਇਹਨਾਂ ਦੇ ਕਹਿਣ ਦੇ ਉੱਤੇ ਕਰਜ਼ੇ ਨਹੀਂ ਮੋੜੇ। ਅੱਜ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਬੈਂਕਾਂ ਦੇ ਬਾਹਰ ਲਾਈਆਂ ਜਾ ਰਹੀਆਂ ਕਿਸਾਨਾਂ ਦੀਆਂ, ਭਰੋਸਾ ਇਹਨਾਂ ਦੇ ਕਰਕੇ ਉਹਨਾਂ ਨੇ ਕਰਜ਼ੇ ਮੋੜਨੇ ਬੰਦ ਕੀਤੇ ਸੀਗੇ। ਸੋ ਇਸੇ ਤਰੀਕੇ ਨਾਲ ਜਿੰਨੀਆਂ ਵੀ ਜਿੰਨੇ ਵੀ ਵਾਅਦੇ ਸਰਕਾਰ ਨੇ, ਮੁਲਾਜ਼ਮਾਂ ਦੀਆਂ DA ਦੀਆਂ ਕਿਸ਼ਤਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ ਹੈਗੀਆਂ, ਉਹ ਅਤੇ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਉਹ ਨਹੀਂ ਲਾਗੂ ਕੀਤੀਆਂ ਜਾ ਰਹੀਆਂ ਹੈਗੀਆਂ। ਇਹ ਸਰਕਾਰ ਨੂੰ ਮੰਤਰੀ ਨਹੀਂ, ਇਹ ਸਰਕਾਰ ਨੂੰ ਚੁਣੇ ਹੋਏ ਨੁਮਾਇੰਦੇ ਨਹੀਂ ਚਲਾ ਰਹੇ, ਸਰਕਾਰ ਨੂੰ ਅਫਸਰਸ਼ਾਹੀ ਚਲਾ ਰਹੀ ਆ। ਅਤੇ ਜਦੋਂ ਅਫਸਰਸ਼ਾਹੀ ਫੈਸਲੇ ਲੈਂਦੀ ਆ ਡਰਾਇੰਗ ਰੂਮਾਂ ਦੇ ਵਿੱਚ ਬੈਠ ਕੇ, ਉਹ ਫੈਸਲੇ, ਉਹ ਨੀਤੀਆਂ ਇਹੋ ਜਿਹੀਆਂ ਹੁੰਦੀਆਂ ਜਿਵੇਂ ਕਾਰਡ ਕੱਟੇ ਜਾ ਰਹੇ। ਗੁੱਟਬਾਜ਼ੀ, ਪਾਰਟੀਬਾਜ਼ੀ, ਰਾਜਨੀਤਿਕ ਢੰਗ ਦੇ ਨਾਲ ਜਿਹੜੇ ਇਹ ਕਾਰਡ ਨੇ, 10,000 ਕਾਰਡ ਕੇਵਲ ਸਨੌਰ ਹਲਕੇ ਦਾ, 1,00,000 ਦੇ ਕਰੀਬ ਕਾਰਡ ਪਟਿਆਲਾ ਲੋਕ ਸਭਾ ਹਲਕੇ ਦਾ ਕੱਟਿਆ ਗਿਆ, 1,00,000 ਦੇ ਕਰੀਬ। ਸੋ ਮੈਂ ਸਮਝਦਾ ਸਰਕਾਰ ਦਾ ਬਹੁਤ ਹੀ ਮਾੜੀ ਨੀਤੀ ਆ ਇਹ, ਕਿਸੇ ਨੂੰ ਕੁਝ ਦੇਣ ਦੀ ਥਾਂ 'ਤੇ ਗਰੀਬ ਦੇ ਮੂੰਹ ਦੇ ਵਿੱਚ ਜਿਹੜਾ ਨਿਵਾਲਾ ਪੈਂਦਾ ਸੀਗਾ ਉਹ ਵੀ ਖੋਲਿਆ ਸਰਕਾਰ ਨੇ। ਅੱਜ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਮਿਲਣ ਜਾ ਰਹੇ ਹਾਂ, ਅਤੇ ਉਹਦੇ ਨਾਲ ਨਾਲ ਜੇ ਨਾ ਇਹ ਮਸਲਾ ਹੱਲ ਹੋਇਆ ਤਾਂ ਮਜਬੂਰਨ ਰੂਪ ਵਿੱਚ ਇਸ ਮੁੱਦੇ ਨੂੰ ਲੈ ਕੇ ਸੜਕਾਂ 'ਤੇ ਉਤਰਨਾ ਪੈਣਾ, ਕਿਉਂਕਿ ਬੜੇ ਗਰੀਬ ਲੋਕ ਜਿਨ੍ਹਾਂ ਦੇ ਮੇਰੇ ਖਿਆਲ ਵਿੱਚ ਘਰੇ ਇਹ ਇੱਕ ਵੱਡਾ ਸਹਾਰਾ ਬਣ ਕੇ ਆਟੇ ਦਾਲ ਦੀ ਸਕੀਮ ਆਈ ਸੀਗੀ, ਉਹ ਵੀ ਇੱਥੇ ਆਏ ਹੋਏ ਨੇ, ਅਤੇ ਉਹ ਆਟੇ ਦਾਲ ਦੇ ਕਾਰਡ ਕੱਟੇ ਗਏ। ਇੱਕ ਪਿੰਡ ਦੇ ਵਿੱਚੋਂ 150 ਕਾਰਡ ਕੱਟਿਆ ਜਾ ਰਿਹਾ। ਸੋ ਇਹ ਬਹੁਤ ਮਾੜੀ ਨੀਤੀ ਆ, ਇਹ 'ਤੇ ਨਜ਼ਰਸਾਨੀ ਕਰੇ ਸਰਕਾਰ। ਜਿਹੜੇ ਕਾਰਡ ਬਣੇ ਹੋਏ ਸੀਗੇ ਉਹ ਤੁਰੰਤ ਜਿਹੜੇ ਹੈਗੇ ਆ ਵਾਪਸ ਮੰਗਾਏ ਜਾਣ। ਵੈਰੀਫਿਕੇਸ਼ਨ ਦੇ ਨਾਂ ਦੇ ਥੱਲੇ ਜਿਹੜੇ ਤੁਹਾਡੀ ਪਾਰਟੀ ਦੇ ਨਹੀਂ ਹੈਗੇ, ਤੁਸੀਂ ਵੈਰੀਫਿਕੇਸ਼ਨ ਕਰਕੇ ਉਹਨਾਂ ਨੂੰ ਕੱਟਤੇ ਆ। ਅਤੇ ਇੱਕ ਧਿਰ ਦੇ ਨਾਲ ਵੀ ਇਸ ਬੰਦੇ ਦੇ ਕੋਲ ਫਾਰਮ ਤੋਂ ਇਹ ਕਾਰਡ ਬਣਾਊਗਾ, ਲਿਸਟਾਂ ਲੱਤੀਆਂ ਗਈਆਂ ਕਾਂਗਰਸ ਦੇ ਦਫ਼ਤਰਾਂ ਦੇ ਵਿੱਚੋਂ, ਉਸ ਤਰੀਕੇ ਨਾਲ ਕਾਰਡ ਫਿਰ ਬਣਾਏ ਗਏ ਜਿਨ੍ਹਾਂ ਨੂੰ ਉਹਨਾਂ ਨੇ ਕਹਿ ਦਿਆ ਕੱਟ ਤੋਂ ਉਹਨਾਂ ਦੇ ਕੱਟੇ ਗਏ। ਇਹੋ ਜਿਹੀ ਰਾਜਨੀਤੀ ਪੰਜਾਬ ਨੇ ਕਦੇ ਨਹੀਂ ਸੀ ਦੇਖੀ। ਮੈਂ ਸੀ ਐਮ ਸਾਹਿਬ ਨੂੰ ਬੇਨਤੀ ਕਰਦਾ ਵੀ ਇਹ ਮਾੜੀਆਂ ਪਿਰਤਾਂ ਨੇ ਬੰਦੇ ਨੇ, ਹਰ ਇੱਕ ਨੇ, ਕਿਸੇ ਨੇ ਸਦਾ ਮੁੱਖ ਮੰਤਰੀ ਨਹੀਂ ਰਹਿਣਾ, ਕਿਸੇ ਨੇ ਸਦਾ MLA ਨਹੀਂ ਰਹਿਣਾ, ਪਰ ਜਿਹੜੀਆਂ ਪਿਰਤਾਂ ਪੈ ਜਾਣੀਆਂ ਉਹ ਪੱਕੀਆਂ ਰਹਿ ਜਾਣੀਆਂ ਹੁੰਦੀਆਂ। ਸੋ ਇਹਨੂੰ ਬੰਦ ਕਰਨਾ ਚਾਹੀਦਾ। ਜਿਹੜੇ ਕਾਰਡ ਪਿਛਲੇ ਸਮੇਂ ਦੇ ਵਿੱਚ ਬਣੇ ਸੀਗੇ ਔਨ ਮੈਰਿਟ ਹੀ, ਉਹ ਉਸ ਤਰੀਕੇ ਨਾਲ ਬਣਾਉਣੇ।